ਕਿਤੇ ਢੋਲ ਵੱਜਦਾ ਓਏ ਕਿਤੇ ਸੁਪਨੇ ਤੁਸੀਂ ਸਾਰਿਆਂ ਨੇ ਵੇਖੇ ਹੋਣਗੇ, ਪਰ ਸੁਪਨੇ ਉਹ ਹੁੰਦੇ ਜਿਹੜੇ ਰਾਤੀ ਸੌਣ ਨਹੀਂ ਦਿੰਦੇ ਅਤੇ ਜੋ ਸਵੇਰੇ ਉੱਠਣ ਨਹੀਂ ਦਿੰਦੀ, ਉਹ ਸੁਪਨੇ ਨਹੀਂ ਹੁੰਦੇ, ਉਹ ਸੁਸਤੀ ਹੁੰਦੀ ਹੈ। ਇਹਨਾਂ ਨੇ ਉਹ ਰਾਤ ਵਾਲੇ ਸੁਪਨੇ ਵੇਖੇ ਸੀ, ਪੂਰੇ ਵੀ ਕੀਤੇ ਨੇ। ਪੁੱਛ ਲੈਂਦੇ ਭਾਅ ਜੀ, ਹੋ ਗਏ ਪੂਰੇ? ਜੀ ਆਇਆਂ ਨੂੰ ਜੀ, ਬਿਲਕੁਲ। ਥੈਂਕ ਯੂ ਜੀ, ਪਹਿਲੇ ਤਾਂ ਬਹੁਤ ਬਹੁਤ ਥੈਂਕ ਯੂ PTC 'ਤੇ। ਬਿਲਕੁਲ, ਸੁਪਨੇ ਮੇਰੇ ਪੂਰੇ ਹੋ ਗਏ। ਵੇਖਿਆ ਕਦੋਂ ਸੀ, ਕਿੱਥੇ ਵੇਖਿਆ ਸੀ? ਸੀ ਬਹੁਤ ਜ਼ਿਆਦਾ ਨਹੀਂ ਹੈ ਇੱਦਾਂ ਕਿ ਬਹੁਤ ਉੱਪਰ ਜਾ ਕੇ ਦੇਖਣ ਦੀ ਚੀਜ਼ ਹੈ। ਮੈਂ ਵੈਸੇ ਵੀ ਬਹੁਤ ਸਟੈਪ ਬਾਏ ਸਟੈਪ ਚੱਲਣ 'ਚ ਬਿਲੀਵ ਕਰਦਾ, ਬਟ ਇਹ ਪਤਾ ਸੀਗਾ ਕਿ ਉੱਪਰ ਪਹੁੰਚ ਜਾਂਗੇ, ਅਤੇ ਬਚਪਨ ਤੋਂ ਹੀ ਬਸ ਸ਼ੌਂਕ ਸੀਗਾ ਇਹਨਾਂ ਚੀਜ਼ਾਂ ਦਾ, ਕਰਦੇ ਕਰਦੇ ਰੱਬ ਨੇ ਸੁਣ ਲਈ। ਟੇਢੇ ਕਿੰਨੇ ਕੁ ਲੱਗੇ? ਟੇਢੇ ਟੇਢੇ ਲੱਗੇ, ਅਜੇ ਵੀ ਟੇਢੇ 'ਤੇ ਗਈਆਂ। ਜੋ ਵੀ ਚੀਜ਼ ਅਗਰ ਤੁਸੀਂ ਉੱਪਰ ਵਾਲੀ ਅਚੀਵ ਕਰਨ ਜਾਓਗੇ, ਤੁਸੀਂ ਜਿੱਥੇ ਵੀ ਹੋ, ਜੇ ਤੁਸੀਂ ਉਸ ਤੋਂ ਉੱਪਰ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਣਾ ਪਏਗਾ। ਅਤੇ ਜਦੋਂ ਵੀ ਤੁਸੀਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਓਗੇ, ਤੁਹਾਨੂੰ ਟੇਢੇ ਲੱਗਣੇ ਹੀ ਹੈ। ਬੰਬੂ ਘੱਟ ਨੇ ਟੇਢਿਆਂ ਤੋਂ ਕਿੰਨਾ ਬਚਾ ਕੇ ਤੁਹਾਨੂੰ ਅੱਗੇ ਲਿਆਂਦਾ? ਬੰਬੂ ਘੱਟ ਨੇ ਮੈਨੂੰ ਇੱਕ ਬਹੁਤ ਵੱਡਾ ਬ੍ਰਾਂਡ ਦਿੱਤਾ। ਬੰਬੂ ਘੱਟ ਦੀ ਵਜ੍ਹਾ ਨਾਲ ਲੋਕ ਮੇਰੇ 'ਤੇ ਬਿਲੀਵ ਜ਼ਿਆਦਾ ਕਰਨ ਲੱਗੇ। ਬੰਬੂ ਘੱਟ ਦੀ ਵਜ੍ਹਾ ਨਾਲ ਮੇਰੇ 'ਤੇ ਰਸਤੇ ਜ਼ਿਆਦਾ ਖੁੱਲ੍ਹ ਗਏ। ਮੈਂ ਪਹਿਲੇ ਵੀ ਬਹੁਤ ਕ੍ਰੀਏਟਿਵ ਸੀਗਾ, ਮੈਂ ਪਹਿਲੇ ਵੀ ਬਹੁਤ ਵਧੀਆ ਫਿਲਮਾਂ ਬਣਾਉਂਦਾ ਸੀਗਾ, ਪਰ ਬੰਬੂ ਘੱਟ ਤੋਂ ਬਾਅਦ ਲੋਕਾਂ ਨੂੰ ਯਕੀਨ ਹੋ ਗਿਆ ਮੇਰੇ 'ਤੇ। ਬੰਬੂ ਘੱਟ ਤੋਂ ਬਾਅਦ ਅਗਰ ਮੈਂ ਕੋਈ ਐਕਸਪੈਰੀਮੈਂਟਲ ਗੱਲ ਕਰਦਾ, ਤਾਂ ਲੋਕ ਕਹਿੰਦੇ ਆ ਹਾਂ ਯਾਰ, ਬੜਾ ਨਵਾਂ ਸੋਚ ਹੈ। ਸੋ ਬੰਬੂ ਘੱਟ ਤੋਂ ਬਾਅਦ ਚੀਜ਼ਾਂ ਬਦਲੀਆਂ। ਗੋਰਿਆਂ ਨੂੰ ਦਫਾ ਕਰੋ ਵੀ ਬਣਾਈ, ਬੜੀ ਐਪਰੀਸ਼ੀਏਟ ਵੀ ਹੋਈ, ਪਰ ਇਸ ਜਰਨੀ ਦੇ ਦੌਰਾਨ ਬਹੁਤ ਸਾਰੇ ਲੋਕ ਵੀ ਮਿਲੇ ਹੋਣਗੇ, ਬਹੁਤ ਸਾਰੇ ਕ੍ਰਿਟੀਸਿਜ਼ਮ ਦਾ ਸਾਹਮਣਾ ਵੀ ਕਰਨਾ ਪਿਆ ਹੋਏਗਾ। ਕਿਹੜੀਆਂ ਅਜਿਹੀਆਂ ਚੀਜ਼ਾਂ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੂੰ ਦਫਾ ਕਰੋ? ਹੁਣ ਸ਼ਖਸ ਵੀ ਹੋ ਸਕਦਾ। ਦਫਾ ਹਮੇਸ਼ਾ ਮੈਨੂੰ ਐਂ ਲੱਗਦਾ ਕਿ ਨੈਗੇਟਿਵਿਟੀ ਕਰਨੀ ਚਾਹੀਦੀ ਹੈ ਆਪਣੇ 'ਚੋਂ। ਆਪਣੇ ਤੋਂ ਨੈਗੇਟਿਵਿਟੀ ਦਫਾ ਕਰ ਦਿਉ, ਲੋਕਾਂ ਨੂੰ ਬਹੁਤ ਪਿਆਰ ਨਾਲ ਮਿਲੋ। ਲੋਕਾਂ ਨੇ ਜੋ ਕਰਨਾ ਉਹ ਲੋਕਾਂ ਦੀ ਸੋਚ ਨਹੀਂ ਕਰਨਾ। ਇਨ ਦਾ ਸੈਂਸ ਕਿ ਅੱਜ ਮੈਂ ਸਕਸੈਸਫੁੱਲ ਹਾਂ, ਅੱਜ ਬੰਬੂ ਘੱਟ ਚੱਲ ਗਈ, ਅਗਲੀਆਂ ਸ਼ਾਇਦ ਇੱਕ ਦੋ ਫਿਲਮਾਂ ਹੋਰ ਚੱਲ ਜਾਣ, ਬਹੁਤ ਵਧੀਆ ਗੱਲ ਹੈ। ਪਰ ਇੱਦਾਂ ਵੀ ਹੋ ਸਕਦਾ ਕਿ ਅਗਲੀਆਂ ਫਿਲਮਾਂ ਨਾ ਚੱਲਣ, ਲੋਕਾਂ ਦੀ ਸੋਚ ਫਿਰ ਬਦਲੇਗੀ। ਸੋ ਉਹਨਾਂ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ, ਆਪ ਪੋਜ਼ਿਟਿਵਿਟੀ ਨਾਲ ਚੱਲੋ, ਨੈਗੇਟਿਵਿਟੀ ਕੱਢ ਦਿਉ, ਸਭ ਨੂੰ ਪਿਆਰ ਨਾਲ ਰੱਖੋ, ਬਸ ਇੰਨਾ ਹੀ ਹੈ। ਆਹੀ ਦਫਾ ਕੀਤਾ। ਕਦੇ ਦਿਮਾਗ 'ਚ ਆਇਆ ਕਿ ਜਦ ਲੋਕ ਆ ਕੇ ਕਹਿੰਦੇ ਨੇ ਭਾਅ ਜੀ ਤੁਸੀਂ ਇੱਥੇ, ਬੜਾ ਹੈ ਪੰਜਾਬ 'ਚ ਕਿ ਜਿਹਨੂੰ ਕਹਿੰਦੇ ਚੱਕ ਵੀ ਬੜਾ ਦਿੰਦੇ ਨੇ, ਤੁਸੀਂ ਯੂ ਆਰ ਅ ਸਟਾਰ ਮੇਕਰ, ਤੁਸੀਂ ਅਮਰਿੰਦਰ ਗਿੱਲ ਨੂੰ ਹਿੱਟ ਦਿੱਤੀ, ਐਮੀ ਨੂੰ ਹਿੱਟ ਦਿੱਤੀ, ਸਿੰਮੀ ਚਾਲ ਨੂੰ ਬਣਾਤਾ, ਕਦੇ ਦਿਮਾਗ 'ਚ ਆਇਆ ਕਿ ਯੈਸ ਆਈ ਐਮ ਅ ਸਟਾਰ ਮੇਕਰ? ਨਹੀਂ, ਸਗੋਂ ਮੇਰੇ ਦਿਮਾਗ 'ਚ ਆਇਆ ਕਿ ਜੇ ਮੈਨੂੰ ਹਮੇਸ਼ਾ ਐਂ ਲੱਗਦਾ ਕਿ ਰੱਬ ਨੇ ਜੇ ਕਿਸੇ ਨੂੰ ਕੁਛ ਦੇਣਾ ਹੋਏ ਤਾਂ ਉਹ ਆਪ ਤਾਂ ਇੰਨਾ ਵੇਲਾ ਹੈ ਨਹੀਂ ਕਿ ਸਭ ਵਾਸਤੇ ਤੁਰਿਆ ਫਿਰੇ, ਉਹ ਜ਼ਰੀਆ ਬਣਾਉਂਦਾ। ਸ਼ਾਇਦ ਮੈਂ ਇਹਨਾਂ ਦਾ ਜ਼ਰੀਆ ਹੋਊਂਗਾ। ਮੈਂ ਹਮੇਸ਼ਾ ਆਪਣੇ ਆਪ ਨੂੰ ਫੀਲ ਕਰਦਾ ਕਿ ਮੈਂ ਇਹਨਾਂ ਦਾ ਜ਼ਰੀਆ ਹੋਊਂਗਾ, ਇਹਨਾਂ ਨੇ ਡੈਫੀਨੇਟਲੀ ਬਣਨਾ ਹੋਊਗਾ, ਮੇਰੇ ਹੱਥੋਂ ਬਣੇ। ਬਸ ਮੈਂ ਇੰਨਾ ਰੱਬ ਤੋਂ ਸ਼ੁਕਰ ਮਨਾਉਂਦਾ ਕਿ ਮੈਨੂੰ ਜ਼ਰੀਆ ਬਣਾਏ ਰੱਖਣ। ਅਤੇ ਐਕਟਿੰਗ ਕਢਾਣੀ ਇਹਨਾਂ 'ਚੋਂ ਕਿੰਨੀ, ਇੰਨੇ ਨਵੇਂ ਚਿਹਰੇ, ਭਾਵੇਂ ਉਹ ਆਪਣੇ ਇੱਕ, ਜਦ ਇਨਸਾਨ ਪਹਿਲੇ ਹੀ ਪਾਪੂਲਰ ਹੋ ਜਾਂਦਾ ਉਹਦਾ ਇੱਕ ਆਲਰੇਡੀ ਇੱਕ ਫੈਨ ਬੇਸ ਵੀ ਬਣ ਜਾਂਦਾ, ਉਹਦੇ ਦਿਮਾਗ 'ਚ ਪਾਪੂਲਰਿਟੀ ਚੜ੍ਹ ਵੀ ਜਾਂਦੀ ਹੈ, ਕਈਆਂ ਦੀ ਚੜ੍ਹੀ ਵੀ ਹੈ। ਤੁਸੀਂ ਉਹ ਥੱਲੇ ਕਿਵੇਂ ਲਿਆਂਦੀ ਅਤੇ ਉਹ ਕਢਾਈ ਕਿਵੇਂ? ਥੱਲੇ ਤਾਂ ਦੇਖੋ ਜੀ, ਆਪਾਂ ਵਧੀਆ ਨਾ ਵਧੀਆ ਅਤੇ ਕੱਟੀਆਂ ਨਾਲ ਕੱਟੀਆਂ ਵਾਲਾ ਹਿਸਾਬ ਹੈ, ਕੋਈ ਚੱਕਰ ਨਹੀਂ। ਚਲੋ ਕੱਟੀਆਂ ਵਾਲੇ ਦੱਸ ਦਿਓ ਕਿਹੜੇ ਕਿਹੜੇ ਨੇ। ਨਹੀਂ ਮਤਲਬ ਇਨ ਦਾ ਸੈਂਸ, ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਹੋ ਜਾਂਦਾ, ਮੁੰਡੇ ਯੰਗ ਹੈ। ਕਿਹੜੇ ਕਿਹੜੇ ਮੁੰਡੇ ਨੇ? ਸਾਰੇ, ਮਤਲਬ ਆਪਾਂ ਕਿਸੇ ਦਾ ਵੀ ਨਾਮ ਲੈ ਲਈਏ, ਇੰਕਲੂਡਿੰਗ ਮੀ। ਅੱਜ ਮਤਲਬ ਮੇਰੀਆਂ 4 ਫਿਲਮਾਂ ਹਿੱਟ ਹੋਈਆਂ ਤਾਂ ਮੇਰੇ ਦਿਮਾਗ 'ਚ ਕਿਤੇ ਇਹ ਗੱਲ ਆ ਜਾਏ ਕਿ ਬਈ ਯਾਰ ਮੈਂ ਤਾਂ ਕਮਾਲ ਕਰਤੀ, ਮੇਰੇ ਤੋਂ ਤਾਂ ਵਧੀਆ ਕੋਈ ਮੇਕਰ ਹੈ ਹੀ ਨਹੀਂ ਇੱਥੇ। ਬਟ ਮੈਂ ਆਪ, ਉਹ ਆਉਂਦਾ ਹੀ ਹੈ ਮਾਈਂਡ, ਸਭ ਦੇ ਆਉਂਦਾ, ਹਿਊਮਨ ਸਾਈਕੀ ਹੈ। ਬਟ ਮੈਂ ਥੋੜ੍ਹੀ ਜਿਹੀ ਕੋਂਸਟੈਂਟ ਐਫਰਟ ਕਰਦਾ ਕਿ ਮੈਂ ਕੋਈ ਕਮਾਲ ਨਹੀਂ ਕੀਤੀ ਹੈ, ਸਗੋਂ ਤੇਰੀਆਂ ਤੂੰ 2 ਫਿਲਮਾਂ ਚਲਾਉਣ ਤੋਂ ਬਾਅਦ ਤੇਰੇ ਤੋਂ ਐਕਸਪੈਕਟੇਸ਼ਨਸ ਵੱਧ ਗਈਆਂ। ਅੱਜ ਬੰਬੂ ਘੱਟ ਤੋਂ ਬਾਅਦ ਅਗਰ ਚੰਨਾ ਮੇਰੇ ਆ ਰਹੀ ਹੈ ਤਾਂ ਲੋਕ ਤੇਰੇ ਤੋਂ ਬੰਬੂ ਘੱਟ ਲੈਵਲ ਦੀ ਐਕਸਪੈਕਟੇਸ਼ਨਸ ਮੰਗ ਰਿਹਾ। ਸੋ ਤੈਨੂੰ ਉਹਦੇ ਵਾਸਤੇ ਹੋਰ ਹਾਰਡਵਰਕ ਕਰਨਾ ਪਏਗਾ। ਆਊਟ ਐਂਡ ਆਊਟ ਰੋਮੈਂਟਿਕ ਫਿਲਮ, ਕਿਉਂਕਿ ਰੋਮ ਕੌਮ ਤਾਂ ਬਣੀਆਂ ਨੇ, ਤੁਸੀਂ ਵੀ ਬਣਾਈ ਹੈ, ਪਰ ਆਊਟ ਐਂਡ ਆਊਟ ਰੋਮੈਂਟਿਕ ਫਿਲਮ ਇੱਕ ਚੰਨਾ ਮੇਰਿਆ ਵਰਗੀ ਬਣਾਉਣਾ, ਤੁਹਾਨੂੰ ਲੱਗਦਾ ਹੈ ਕਿ ਕਿੰਨਾ ਕੁ ਰਿਸਕ ਫੈਕਟਰ ਇਹਦੇ ਵਿੱਚ ਇਨਵੋਲਵਡ ਹੈ? ਫਿਲਮ ਮੇਕਿੰਗ ਰਿਸਕ ਫੈਕਟਰ ਹੀ ਹੈ। ਮੈਂ ਉਹ ਮੇਕਰ ਹਾਂ ਜਿਹਨੇ ਪਹਿਲੇ ਉਹ ਫਿਲਮ ਬਣਾਈ ਹੈ ਜਿਸ 'ਤੇ ਆਪ ਨੂੰ ਇੱਕ ਇੱਕ ਆਏ। 6 ਫਿਲਮਾਂ ਬਣਾਉਣ ਤੋਂ ਬਾਅਦ ਤੁਹਾਨੂੰ ਇੰਨਾ ਕੁ ਐਕਸਪੀਰੀਅੰਸ ਹੋ ਜਾਂਦਾ ਹੈ ਕਿ ਹਾਂ ਯਾਰ, ਮੇਰੀ ਆਡੀਅੰਸ ਨੂੰ ਕੁਛ ਇਸ ਤਰੀਕੇ ਦਾ ਚਾਹੀਦਾ, ਪਰ ਇਸ ਤਰੀਕੇ 'ਚ ਹੁਣ ਤੁਸੀਂ ਨਵਾਂਪਨ ਕੀ ਕਰ ਸਕਦੇ ਹੋ?
ਉਹ ਮੇਰੀ ਕੋਂਸਟੈਂਟ ਐਫਰਟ ਰਹਿੰਦੀ ਹੈ। ਇੱਕ ਟਿਪੀਕਲ ਹੈ ਪੰਜਾਬੀ ਫਿਲਮੀ, ਬਟ ਅੱਜ ਤੱਕ ਪੰਜਾਬ ਦੇ ਵਿੱਚ ਇੰਟੈਂਸ ਲਵ ਸਟੋਰੀ ਕਿਸੇ ਨੇ ਕਹੀ ਨਹੀਂ ਹੈ। ਅਤੇ ਮੈਨੂੰ ਇਹ ਲੱਗਦਾ ਕਿ ਐਜ਼ ਐਨ ਫਿਲਮ ਮੇਕਰ ਮੇਰੀ ਇੱਕ ਜ਼ਿੰਮੇਦਾਰੀ ਵੀ ਹੈ ਕਿ ਜੀ ਜੇ ਆਪਾਂ ਹੀ ਨਹੀਂ ਨਵੀਆਂ ਕਹਾਣੀਆਂ ਕਹਿ ਸਕਦੇ ਨੰਬਰ ਵਨ ਪੋਜੀਸ਼ਨ ਡਾਇਰੈਕਟਰ ਹੋਣ ਤੋਂ ਬਾਅਦ, ਬੰਬੂ ਕਾਰਡ ਦੇਣ ਤੋਂ ਬਾਅਦ, ਜੇ ਮੈਂ ਹੀ ਹਜੇ ਉਸ ਸਿਚੁਏਸ਼ਨ 'ਤੇ ਨਹੀਂ ਆ ਕਿ ਜੀ ਮੈਨੂੰ ਹੀ ਨਹੀਂ ਪ੍ਰੋਡਿਊਸਰ ਮਿਲੇਗਾ ਨਵੀਂ ਕਹਾਣੀ 'ਤੇ ਨਵੇਂ ਮੁੰਡਿਆਂ 'ਤੇ, ਅਤੇ ਫਿਰ ਬਾਕੀਆਂ ਦਾ ਕੀ ਹਾਲ ਹੋਏਗਾ। ਤੁਸੀਂ ਨਵੀਂ ਚੀਜ਼ਾਂ ਦਾ ਜ਼ਿਕਰ ਕਰ ਰਹੇ ਹੋ, ਉੜਦੀ ਉੜਦੀ ਖਬਰ ਸਾਡੇ ਤੱਕ ਵੀ ਪਹੁੰਚੀ ਹੈ ਜੀ, ਕੁਝ ਨਵਾਂ ਤੁਸੀਂ ਕੁਝ ਬਹੁਤ ਹੀ ਨਵਾਂ ਕਰਨ ਜਾ ਰਹੇ ਹੋ। ਅਸੀਂ ਉਹ ਗੱਲ ਕਹਿਣ ਤੋਂ ਪਹਿਲੇ ਮੈਂ ਤੁਹਾਨੂੰ ਕੁਝ ਵਿਖਾਉਣਾ ਚਾਹਾਂਗਾ, ਤੁਸੀਂ ਵੀ ਵੇਖੋ ਕਿ ਅਸੀਂ ਸੁਨੰਦਾ ਸ਼ਰਮਾ ਨੂੰ ਕਿਵੇਂ ਟੋਨ ਦੀ ਕੋਸ਼ਿਸ਼ ਕੀਤੀ ਉਸ ਫਿਲਮ ਦੇ ਬਾਰੇ। ਸੁਨੰਦਾ, ਬਜ਼ ਇਹ ਵੀ ਸੀ ਕਿ ਤੁਸੀਂ ਵੀ ਇੱਕ ਫਿਲਮ ਵਿੱਚ ਨਜ਼ਰ ਆਉਣ ਵਾਲੇ ਹੋ, ਅੱਜ ਉਹਦਾ ਕੁਝ ਦੱਸਣਾ ਚਾਹੋਗੇ ਉਸ ਬਾਰੇ ਕਿ ਕੀ ਫਿਲਮ ਹੈ, ਕਿਸ ਦੇ ਨਾਲ ਨਜ਼ਰ ਆ ਰਹੇ ਹੋ? ਜੀ ਫਿਲਮ ਆ ਰਹੀ ਆ, ਹਾਂ ਫਿਲਮ ਸ਼ੂਟ ਕਰ ਚੁੱਕੇ ਹਾਂ, ਅਤੇ ਬਾਕੀ ਹਲੇ ਟੀਮ ਡਿਸਕਲੋਜ਼ ਕਰੇਗੀ ਉਹਦੇ ਬਾਰੇ ਸਾਰਾ ਕੁਛ, ਮੇਰੇ ਹੱਥ 'ਚ ਹਲੇ ਹੈ ਨਹੀਂ ਕਿ ਮੈਂ ਡਿਸਕਲੋਜ਼ ਕਰਾਂ, ਬਾਕੀ ਸਾਰਿਆਂ ਨੂੰ ਪਤਾ ਹੀ ਅੰਦਰੋਂ ਅੰਦਰ। ਥੋੜ੍ਹਾ ਜਿਹਾ ਇਹ ਤਾਂ ਦੱਸ ਸਕਦੇ ਹੋ, ਕਿਉਂਕਿ ਮੈਂ ਨਹੀਂ ਪੁੱਛ ਰਿਹਾ, ਫੈਨ ਪੁੱਛ ਰਹੇ ਨੇ ਕਿ ਤੁਹਾਡਾ ਜਿਹੜਾ ਉਹਦੇ ਵਿੱਚ ਰੋਲ ਹੈ, ਜਿਵੇਂ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਅਤੇ ਗੀਤਾਂ ਵਿੱਚ ਬੜੇ ਬਬਲੀ ਜਿਹੇ ਲੁੱਕ ਨਜ਼ਰ ਆਉਂਦੇ, ਕਿ ਅਜਿਹਾ ਹੀ ਕੁਝ ਰੋਲ? ਨਹੀਂ, ਇਟਸ ਅ ਪੀਰੀਅਡ ਮੂਵੀ ਐਂਡ ਇਹਦੇ 'ਚ ਇੱਕ ਸਿੰਪਲ ਸਾਦੀ ਜੀ ਕੁੜੀ ਦਾ ਰੋਲ ਆ, 1910 ਔਰ 1915 ਆਈ ਗੈਸ, ਅਤੇ ਉਹ ਕੁੜੀਆਂ ਜਿੱਦਾਂ ਦੀਆਂ ਹੁੰਦੀਆਂ ਸੀ, ਲਾਈਕ ਜੋ ਨੈਚੁਰੈਲਿਟੀ ਹੁੰਦੀ ਆ ਕੁੜੀਆਂ ਦੀ, ਬਸ ਉਹ ਦਿਖਾਈ ਗਈ ਹੈ। ਇੱਕ ਚੁਲਬੁਲਾ ਜਿਹਾ ਛੋਟਾ ਜਿਹਾ ਕਰੈਕਟਰ ਵੀ ਥੋੜ੍ਹਾ ਜਿਹਾ ਉਹ 'ਚ ਦੇਖਣ ਨੂੰ ਮਿਲੇਗਾ। ਵੇਖਿਆ ਤੁਸੀਂ ਸੁਨੰਦਾ ਨੇ ਦੱਸਿਆ ਨਹੀਂ, ਪਰ ਤੁਸੀਂ ਤੁਹਾਡੇ ਜ਼ੁਬਾਨੀ ਜਾਣਨਾ ਚਾਹੋਗੇ ਕਿ ਤੁਸੀਂ ਉਹਨਾਂ ਦੇ ਨਾਲ ਅਤੇ ਕਿਸੇ ਹੋਰ ਨੂੰ ਲੈ ਕੇ ਕੁਝ ਨਵਾਂ ਕ੍ਰੀਏਟ ਕਰ ਰਹੇ ਹੋ, ਕੀ ਹੈ? ਨਹੀਂ ਜੀ, ਸੁਨੰਦਾ ਨੇ ਨਹੀਂ ਦੱਸਿਆ ਅਤੇ ਮੇਰਾ ਤਾਂ ਦੱਸਣਾ ਬਿਲਕੁਲ ਨਹੀਂ ਬਣਦਾ, ਮੈਂ ਉਹ ਕੜੀ ਜੋੜਦੀ ਨਾ ਉੱਧਰ ਦੀ ਇੱਧਰ ਕਰਦੀ। ਦਲਜੀਤ ਦੁਸਾਂਝ ਜੀ ਇਹ ਪਿਕਚਰ ਕਰ ਰਹੇ ਹਾਂ, ਅਸੀਂ ਵਰਲਡ ਵਾਰ 1 'ਤੇ ਇਹ ਫਿਲਮ ਬਣਾ ਰਹੇ ਹਾਂ, ਜੋ ਸਿੱਖਸ ਇੱਥੋਂ ਜਾ ਕੇ ਉਹਨਾਂ ਦੀ ਜੋ ਕੰਟਰੀਬਿਊਸ਼ਨ ਸੀਗੀ ਟੂਵਰਡਸ ਦੈਟ ਵਾਰ ਔਰ ਉਹਨਾਂ ਦੀ ਕੀ ਜਰਨੀ ਹੈ, ਉਹਨਾਂ ਦੇ ਉੱਪਰ ਇੱਕ ਬੜੀ ਇੰਟਰਸਟਿੰਗ ਫਿਲਮ, ਇੱਕ ਬੜੀ ਇੰਟਰਸਟਿੰਗ ਕਹਾਣੀ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਲੱਗਦਾ ਸਾਡੀ ਆਪਣੀ ਕਹਾਣੀ ਹੈ, ਸਾਡੀ ਪੰਜਾਬੀਆਂ ਦੀ ਕਹਾਣੀ ਹੈ, ਕੁਛ ਉਸ ਏਰਾ ਦੇ ਸਾਡੇ ਸਿੱਖ ਭਰਾਵਾਂ ਦੀ ਕਹਾਣੀ ਹੈ, ਜਿਨ੍ਹਾਂ ਦੇ ਨਾਲ ਉੱਥੇ ਜਾ ਕੇ ਕੀ ਹੋਇਆ ਸੀਗਾ। ਅੱਜ ਦੇ ਜਿਹੜਾ ਯੂਥ ਹੈ, ਜਿਹੜਾ ਪੰਜਾਬੀ ਹੈ, ਉਹ ਜ਼ਰੂਰ ਜਾਣਨਾ ਚਾਹੇਗਾ ਕਿ ਉਸ ਜ਼ੋਨ 'ਚ ਉਹ ਕਿੱਦਾਂ ਨਿਕਲੇ ਸੀਗੇ ਔਰ ਉਹ ਕਿੰਨੇ ਵੱਡੇ ਵਾਰੀਅਰ ਸੀਗੇ। ਮੈਂ ਬਾਰ ਬਾਰ ਉਹ ਚੀਜ਼ ਹਰ ਵਾਰ ਜਦ ਵੀ ਇੰਟਰਵਿਊ ਕੋਈ ਪੰਜਾਬੀ ਸੈਲੀਬ੍ਰਿਟੀ ਨਾਲ ਹੁੰਦਾ, ਉਹ ਕਹਿੰਦਾ ਕਿ ਸਾਡੇ ਡਾਇਰੈਕਟਰ ਕੀ ਪ੍ਰਿਪੇਅਰਡ ਨਹੀਂ ਨੇ ਜਾਂ ਸਾਡੇ ਜਿਹੜੇ ਐਕਟਰਸ ਨੇ ਉਹ ਪ੍ਰਿਪੇਅਰਡ ਨਹੀਂ ਨੇ ਕਿ ਪੰਜਾਬ ਦੀ ਜਿਹੜੀ ਸਟੋਰੀ ਹੈ, ਜਿਵੇਂ ਮਿਰਜ਼ਾ ਸਾਹਿਬ ਹੈ ਜਾਂ ਪੰਜਾਬ ਦੇ ਸਪੋਰਟਸ ਹੀਰੋ ਨੇ, ਅਸੀਂ ਉਹਨਾਂ ਨੂੰ ਨਹੀਂ ਪੜ੍ਹਦੇ, ਬਾਲੀਵੁੱਡ ਵਾਲੇ ਆਉਂਦੇ ਆ ਬਣਾਉਂਦੇ ਸੁਪਰ ਹਿੱਟ ਕਰਦੇ ਕਰ, ਇਹ ਇੱਕ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇੱਕ ਜਵਾਬ ਵੀ ਹੋਏਗਾ ਇਸ ਫਿਲਮ? ਬਿਲਕੁਲ, ਮੇਰਾ ਬਿਲਕੁਲ ਇਹ ਜਵਾਬ ਹੈ। ਮੈਂ ਹਮੇਸ਼ਾ, ਮੈਂ ਤਾਂ ਆਪ ਇਹ ਗੱਲ ਤੁਹਾਨੂੰ ਪਹਿਲੇ ਕਹੀ ਹੈ, ਮੈਂ ਵਿਰਸਾ ਤੋਂ ਇਹ ਸਿੱਖਿਆ ਕਿ ਜੇ ਮੈਂ ਪੰਜਾਬ ਦੀ ਗੱਲ ਨਹੀਂ ਕਰੂੰਗਾ, ਅਗਰ ਮੈਂ ਆਪਣੀ ਪੰਜਾਬੀਆਂ ਦੀ ਗੱਲ ਨਹੀਂ ਕਰੂੰਗਾ ਤਾਂ ਉਹ ਪੰਜਾਬੀ ਫਿਲਮ ਕਿਉਂ ਦੇਖਣ ਜਾਣਗੇ, ਉਹ ਹਿੰਦੀ ਫਿਲਮ ਦੇਖਣ ਜਾਣਗੇ। ਅੱਜ ਪੰਜਾਬੀ ਫਿਲਮ ਦੇਖਣ ਦੀ ਐਕਸਕਲੂਸਿਵਿਟੀ ਕੀ ਹੈ? ਪੰਜਾਬੀ ਫਿਲਮ ਦੇਖਣ ਦੀ ਐਕਸਕਲੂਸਿਵਿਟੀ ਇਹ ਹੈ ਕਿ ਮੈਂ ਪੰਜਾਬੀ ਹਾਂ, ਹਾਂ ਮੇਰੀ ਕੋਈ ਗੱਲ ਹੋਈ ਹੈ, ਮੈਨੂੰ ਦੇਖ ਕੇ ਮਜ਼ਾ ਆਇਆ। ਬੰਬੂ ਘਾਟ ਦੇਖਣ ਗਏ, ਉਹ ਦੋ ਸਾਂਡੂਆਂ ਦੀ ਨੋਕ ਚੋਕ, ਉਹ ਪੁਰਾਣੇ ਵਿਆਹ, ਉਹ ਪੁਰਾਣੇ ਕਲਚਰ ਜੋ ਆਪਾਂ ਕਦੀ ਸੁਣੇ ਸੀਗੇ, ਉਹਨੂੰ ਉਹਨੂੰ ਜਦ ਸਕਰੀਨ 'ਤੇ ਦੇਖਿਆ, ਉਸ 'ਚ ਨੋਕ ਚੋਕ, ਹੱਸਦੇ ਖੇਡਦੇ ਇਮੋਸ਼ਨਲ ਹੁੰਦੇ, ਲੋਕ ਕਨੈਕਟ ਹੋ ਗਏ। ਵਾਰ ਦੇ ਨਾਲ ਵੀ ਪੰਜਾਬੀਆਂ ਦਾ ਕਨੈਕਸ਼ਨ ਹੀ ਰਿਹਾ, ਕਿਉਂਕਿ ਪਹਿਲੀ ਗੋਲੀ 'ਤੇ ਅਸੀਂ ਖਾਧੀ ਛਾਤੀ ਚੌੜੀ ਕਰ, ਮਤਲਬ ਸਾਡੇ ਤੋਂ ਜ਼ਿਆਦਾ ਬਹਾਦਰ ਕੋਈ ਨਹੀਂ ਹੋ ਸਕਦਾ। ਅਤੇ ਡੈਫੀਨੇਟਲੀ ਇਹ ਤਾਂ ਹੀ ਇਹ ਫਿਲਮ ਇੱਕ ਮਿਲਿਆ ਜੁਲਿਆ ਵਰਜ਼ਨ ਹੈ, ਬਹੁਤ ਵਧੀਆ ਇਮੋਸ਼ਨ ਸਾਡੇ ਆਪਣੇ ਪੰਜਾਬੀਆਂ ਦਾ, ਉਸ ਵਾਰ 'ਤੇ ਜਾ ਕੇ ਉਹ ਕਿੱਦਾਂ ਕੀ ਜਰਨੀ ਹੈ ਉਹਨਾਂ ਦੀ। ਦਲਜੀਤ ਭਾਅ ਜੀ ਬਹੁਤ ਐਕਸਾਈਟਿਡ ਹੈ, ਮੈਂ ਬਹੁਤ ਐਕਸਾਈਟਿਡ ਹਾਂ। ਮੈਨੂੰ ਲੱਗਦਾ ਕਿ ਮੈਂ ਇੱਕ ਕੋਈ ਇੱਦਾਂ ਦੀ ਫਿਲਮ ਬਣਾ ਸਕਦਾ ਔਰ ਮੇਰੇ 'ਤੇ ਰੱਬ ਨੇ ਅਗਰ ਥੋੜ੍ਹੀ ਜਿਹੀ ਹੋਰ ਮਿਹਰ ਕੀਤੀ, ਮੈਂ ਉਹਨੂੰ ਉਸ ਥੋੜ੍ਹਾ ਜਿਹਾ ਅਰਲੀ ਸਟੇਜ ਹੈ, ਮੈਂ ਹਜੇ ਉਹਦੀ ਪੂਰੀ ਇੱਕ ਸ਼ੂਟ ਕਰ ਜਾਂ ਅਤੇ ਮੈਨੂੰ ਕੌਨਫੀਡੈਂਸ ਥੋੜ੍ਹਾ ਜ਼ਿਆਦਾ ਹੋਏਗਾ, ਬਟ ਆਈ ਐਮ ਵੈਰੀ ਹੈਪੀ, ਮੈਂ ਸਕ੍ਰਿਪਟ ਤੋਂ ਬਹੁਤ ਸੈਟਿਸਫਾਈਡ ਹਾਂ। ਤੁਸੀਂ ਹਲੇ ਕਹਿ ਰਹੇ ਹੋ ਕਿ ਸ਼ੂਟ ਕਰਾਂਗੇ ਅਤੇ ਕੌਨਫੀਡੈਂਸ ਹੋਰ ਜ਼ਿਆਦਾ ਹੋ ਜਾਏਗਾ, ਅਸੀਂ ਹੁਣੇ ਤੁਹਾਡੇ ਵਿੱਚ ਪੂਰਾ ਕੌਨਫੀਡੈਂਸ ਸ਼ੋਅ ਕਰ ਰਹੇ ਹਾਂ, ਉਮੀਦ ਕਰਦੇ ਹਾਂ ਕਿ ਜਲਦੀ ਆਏ। ਨਹੀਂ, ਮੈਨੂੰ ਹਮੇਸ਼ਾ ਥੋੜ੍ਹੀ ਜਿਹੀ ਜਰਨੀ ਤੋਂ ਬੜਾ ਪਿਆਰ ਹੈ, ਮੈਨੂੰ ਹਮੇਸ਼ਾ ਲੱਗਦਾ ਕਿ ਜਦੋਂ ਤੁਸੀਂ ਉਸ ਰਸਤੇ 'ਤੇ ਚੱਲਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਇੰਟਰਸਟਿੰਗ ਆਉਂਦੀਆਂ, ਤੁਹਾਨੂੰ ਉਹ ਦੇਖਣੀਆਂ ਚਾਹੀਦੀਆਂ। ਸੋ ਦੈਟਸ ਦਾ ਰੀਜ਼ਨ, ਪਰ ਆਈ ਐਮ ਕੁਆਇਟ ਕੌਨਫੀਡੈਂਟ ਫੋਰ ਦੈਟ ਸਕ੍ਰਿਪਟ। ਉਹ ਕਹਿੰਦੇ ਨੇ ਜਿਹਨਾਂ ਲਈ ਸਫ਼ਰ ਜਿਹੜਾ ਉਹ ਮੰਜ਼ਿਲ ਹੋਵੇ ਅਤੇ ਉਹ ਮੰਜ਼ਿਲਾਂ ਦੀ ਪਰਵਾਹ ਨਹੀਂ ਕਰਿਆ ਕਰਦੇ, ਮੇਰੇ ਖਿਆਲ ਨਾਲ ਪੰਕਜ ਬਤਰਾ ਵੀ ਸ਼ਾਇਦ ਜਿਵੇਂ ਸਫ਼ਰ ਦੇਖਣਾ। ਥੈਂਕ ਯੂ ਵੈਰੀ ਮੱਚ। ਥੈਂਕ ਯੂ।